नवा सवेरा नवी किरण एक ओंकार करो सिमरन। नवा सवेरा नवी किरण एक ओंकार करो सिमरन। बुझे दिलांच ज्ञान दिया लख जगा के, शांत कर लो अपना मन। ओम शांति, सत श्री अकाल दोस्तों, मैं रोशनी तुहाडा स्वागत करदी हाँ तुहाडे अपने प्रोग्राम नवी किरण विच। अजकल दे आधुनिक टाइम विच शहनाइयां वजदियां, सैलीब्रेशनस हुंदियां, लोग खुशियां मनांदे है, फिर भी देखा जाए तो उन पार्टीज़ विच, उन सैलीब्रेशनस विच लोग छोटे छोटे ग्रुप बना लेंदे है एक दूसरे की निंदा करन वास्ते, जिन्हें पार्टी ऑर्गेनाइज की है उहदी निंदा करते हुंदे है। ये क्यों हो रहा है? उहदी खुशी विच खुशी क्यों नहीं मना सकते? हर चीज़ नू पॉजिटिव क्यों नहीं ले सकते? इसे विषय विच असी होर चर्चा करांगे अज दे साडे मेहमान ब्रह्मा कुमारी अनीता दीदी नाल। दीदी, तुहाडा शो विच बहुत बहुत स्वागत है। ओम शांति। ओम शांति दीदी। दीदी, जिस तरह असी देखते हाँ कि हर इंसान नू अगले नू छोटा दिखाण दी, नीच दिखाण दी, उहदी गलतियां कढ़न दी या उहनू क्रिटिसाइज़ करन दी एक बड़ी आदत जी पै गई है, निंदा करदे क्यों है अजकल लोग इन्नी ज्यादा? हर एक दे अंदर एक भुख है, वो किस तरह दी अजीब जी भुख है, है ते असल च अग्गे वधन दी भुख। हां जी। पर इंसान नु एक भुलेखा हो गया, अंदरों वहम पै गया कि मेरा अग्गे वधना मीन्स दूजे नु पिछे करना। बिल्कुल। ते जे होर किसी तरीके नाल नहीं कर सकदा ते निंदा करके अपनी पड़ास कड लैंदा जी, ओ एदां फील करना चाहंदा ते कराउणा चाहंदा कि मेरी जिहड़ी अंडरस्टैंडिंग है हां जी ओ दूजे नाल बैटर है, मेरियां जिहड़ियां एक्टिविटीज ने ओ दूजे नालों बैटर ने, ते दूजा जिहड़ा है ना इस गल विच माड़ा है, इस करके ਉਹ ਮੇਤੋਂ ਪਿੱਛੇ ਹੈ। ਹਾਂਜੀ। ਯਾ ਉਹ ਤੁਹਾਡੇ ਤੋਂ ਪਿੱਛੇ ਹੈ? ਬਿਲਕੁਲ, ਕਿਉਂਕਿ ਅਸੀਂ ਜਿਸ ਤਰ੍ਹਾਂ ਮੈਂ ਮਤਲਬ ਕਹਿ ਰਹੇ ਸੀ ਕਿ ਗਰੁੱਪਸ ਬਣ ਜਾਂਦੇ ਆ ਕਿਸੇ ਵੀ ਜਗ੍ਹਾ, ਸੋਸ਼ਲ ਗੈਦਰਿੰਗ ਕਿਤੇ ਵੀ ਹੋਏਗੀ, ਚਾਰ ਚਾਰ ਪੰਜ ਪੰਜ ਦੇ ਗਰੁੱਪਸ ਬਣ ਜਾਣਗੇ ਤੇ ਇੱਕ ਦੂਜੇ ਦੀ ਨਿੰਦਾ ਕਰ ਰਹੇ ਹੁੰਦੇ ਤੀਸਰੇ ਬੰਦੇ ਦੀ, ਜਦ ਉਹਨੂੰ ਪਤਾ ਚੱਲਦਾ ਉਹਨੂੰ ਵੀ ਬੜਾ ਦੁੱਖ ਲੱਗਦਾ, ਉਹ ਜਿਹੜਾ ਸੈਲੀਬ੍ਰੇਟ ਕਰਨ ਆਇਆ ਸੀ ਉਹ ਵਿਚਾਰਾ ਉਨਾ ਹੀ ਦੁਖੀ ਹੋ ਕੇ ਜਾਂਦਾ ਉੱਥੋਂ। ਤੇ ਮਤਲਬ ਇੰਨਾ ਕੁ ਵੱਧ ਗਿਆ ਕਿ ਅਸੀਂ ਕਿਸੇ ਦੀ ਪੋਜ਼ਿਟਿਵਿਟੀ ਨਾ ਦੇਖ ਕੇ, ਉਹਦੀ ਅੱਛੀ ਕੁਆਲਿਟੀਜ਼ ਨਾ ਦੇਖ ਕੇ, ਸਿਰਫ ਉਹਦੀ ਨਿੰਦਾ ਉਹਨੂੰ ਕ੍ਰਿਟੀਸਾਈਜ਼ ਕਰਨ ਲੱਗ ਪੈਂਦੇ ਹਾਂ। ਅਸਲ ਚ ਅੱਜ ਕੱਲ ਈਗੋ ਵੱਧ ਗਿਆ, ਤੇ ਈਗੋ ਏਦਾਂ ਦੀ ਚੀਜ਼ ਹੈ ਕਿ ਈਗੋ ਵਾਲੇ ਨੂੰ ਟੇਸਟ ਹੀ ਇਹੋ ਹੁੰਦਾ ਹਾਂਜੀ ਕਿ ਜਦੋਂ ਤੱਕ ਦੂਜੇ ਨੂੰ ਮੈਂ ਨੀਵਾਂ ਨਾ ਕਰ ਲਵਾਂ ਮੈਨੂੰ ਚੈਨ ਨਹੀਂ ਆਉਣਾ, ਤੇ ਈਗੋ ਦਾ ਭੂਤ ਅੰਦਰ ਚੜ ਕੇ ਸਿਰ ਤੇ ਏਦਾਂ ਦੀ ਗੱਲਾਂ ਬੋਲਦਾ, ਤੇ ਅਸੀਂ ਆਪਣੇ ਈਗੋ ਨੂੰ ਚੈੱਕ ਕਰੀਏ, ਇਹ ਸਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਈਗੋ ਇਹ ਕਹਿੰਦਾ ਕਿ ਦੂਜਾ ਤੁਹਾਡੇ ਤੋਂ ਚੰਗਾ ਨਹੀਂ, ਤੁਸੀਂ ਕਿਸੇ ਤੋਂ ਮਾੜੇ ਨਹੀਂ, ਬਿਲਕੁਲ ਏਦਾਂ ਦੀ ਫੀਲਿੰਗ ਦਿੰਦਾ। ਜਦੋਂ ਤੱਕ ਏਦਾਂ ਦੀ ਫੀਲਿੰਗ ਰਹੇਗੀ ਨਾ, ਅਸੀਂ ਆਪਣੀ ਬੁਰਾਈਆਂ ਨੂੰ ਕੱਢ ਨਹੀਂ ਸਕਾਂਗੇ ਤੇ ਦੂਸਰਿਆਂ ਦੀ ਚੰਗਿਆਈਆਂ ਨੂੰ ਐਪਰੀਸ਼ੀਏਟ ਕਰ ਨਹੀਂ ਸਕਾਂਗੇ। ਬਿਲਕੁਲ। ਇਸੇ ਕਰਕੇ ਜਿਹੜੇ ਛੋਟੇ ਛੋਟੇ ਗਰੁੱਪ ਬਣ ਜਾਂਦੇ ਆ ਨਾ, ਉਹ ਬੈਕ ਬਾਈਟਿੰਗ ਕਰਦੇ। ਬਿਲਕੁਲ। ਤੇ ਬੈਕ ਬਾਈਟਿੰਗ ਦੀ ਇੱਕ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਉਹ ਸਾਹਮਣੇ ਵਾਲੇ ਨੂੰ ਬੁਰਾਈ ਸੁਣਾ ਵੀ ਲੈਣਗੇ, ਹਾਂਜੀ, ਫਿਰ ਉਹਨੂੰ ਕਹਿਣਗੇ ਕਿਸੇ ਨੂੰ ਦੱਸਣਾ ਨਹੀਂ। ਬਿਲਕੁਲ, ਕਿਉਂਕਿ ਇਹ ਸਿਰਫ ਪਾਰਟੀਜ਼ ਵਿੱਚ ਹੀ ਨਹੀਂ ਹੈ, ਜਿਸ ਤਰ੍ਹਾਂ ਅਸੀਂ ਦੇਖੀਏ ਆਪਣੇ ਮੁਹੱਲਿਆਂ ਵਿੱਚ, ਗਲੀਆਂ ਵਿੱਚ, ਉਹਦੇ ਵਿੱਚ ਵੀ ਚਾਰ ਪੰਜ ਇਕੱਠੇ ਹੋ ਜਾਣਗੇ ਤੇ ਨਾਲ ਵਾਲੇ ਪੜੋਸੀ ਦੀ ਨਿੰਦਾ ਕਰ ਰਹੇ ਹੁੰਦੇ ਆ, ਕੋਈ ਨਾ ਕੋਈ ਉਹਦੀ ਗਲਤੀ ਕੱਢ ਰਹੇ ਹੁੰਦੇ ਆ, ਉਹਦੇ ਨਾਲ ਬੈਠਣਗੇ ਤੇ ਜਿਹਦੇ ਨਾਲ ਪਹਿਲਾਂ ਕਰ ਰਹੇ ਹੁੰਦੇ ਆ ਉਹਦੇ ਨਾਲ ਉਹਦੀ ਕਰਨ ਪਹਿਲਾਂ ਨਮਕ ਤੇ ਮਿਰਚ ਲਾ ਕੇ ਬੋਲਦੇ। ਹਾਂਜੀ, ਬਿਲਕੁਲ, ਜੇ ਨਮਕ ਮਿਰਚ ਲਾਇਆ ਉਹਦੇ ਚ ਸੱਚ 5% 95% ਝੂਠ ਦਾ ਮਿਰਚ ਮਸਾਲਾ ਲਾ ਕੇ, ਹਾਂਜੀ, ਤੇ ਫਿਰ ਸੈਂਟੈਂਸ ਬੋਲਣਗੇ ਕਿਸੇ ਨੂੰ ਦੱਸਣਾ ਨਹੀਂ, ਤਾਂ ਹੀ ਸਮਝ ਜਾਇਓ ਕਿ ਇਹਦੇ ਚ ਸੱਚ ਘੱਟ ਹੈ ਤੇ ਝੂਠ ਜ਼ਿਆਦਾ ਹੈ, ਤੇ ਅਗਲਾ ਡਰਦਾ ਹੈ
ਕਿ ਕਿਸੇ ਨੂੰ ਤੁਸੀਂ ਕਹਿਣਾ ਨੀ, ਤੇ ਭੈਣੇ ਮੈਂ ਤੈਨੂੰ ਦੱਸਦੀ ਆ ਪਤਾ ਅੱਜ ਕੀ ਹੋਇਆ। ਰੋਜ਼ ਲੋਕਾਂ ਦੀ ਇੱਕ ਸੀਰੀਜ਼ ਚੱਲ ਜਾਂਦੀ ਹੈ, ਜਿਸ ਤਰ੍ਹਾਂ ਆਪਣੀ ਨਵੀਂ ਕਿਰਨ ਦੀ ਸੀਰੀਜ਼ ਚੱਲ ਰਹੀ ਹੈ, ਇਸ ਤਰ੍ਹਾਂ ਲੋਕਾਂ ਦੀ ਨਿੰਦਾ ਦੀਆਂ ਸੀਰੀਜ਼ ਹੁੰਦੀਆਂ ਕਿ ਇੱਕ ਦੀ ਬੁਰਾਈ ਦੂਜੇ ਨੂੰ ਦੱਸਣਗੇ, ਤੇ ਦੂਜੇ ਨੇ ਜੇ ਉਹਦੀ ਗੱਲ ਉਹਨੂੰ ਦੱਸ ਵੀ ਦਿੱਤੀ ਤੇ ਫਿਰ ਉਹਨਾਂ ਦੀ ਲੜਾਈਆਂ ਪੈ ਜਾਂਦੀਆਂ ਆਪਸ ਚ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹਦੇ ਵਿੱਚ ਈਗੋ ਜਿਹੜਾ ਅਹੰਕਾਰ ਹੈ ਸਾਡਾ ਉਹ ਬਹੁਤ ਵੱਡਾ ਇੱਕ ਰੋਲ ਪਲੇ ਕਰਦਾ ਹੈ, ਕਿਸ ਤਰ੍ਹਾਂ ਮਤਲਬ ਸਾਡਾ ਅਹੰਕਾਰ ਕਿਸ ਤਰ੍ਹਾਂ ਇਸ ਦੇ ਵਿੱਚ ਰੋਲ ਪਲੇ ਕਰਦਾ ਹੈ ਕਿ ਅਸੀਂ ਦੂਸਰੇ ਦੀ ਨਿੰਦਾ ਕਰਨ ਲੱਗ ਪੈਂਦੇ ਹਾਂ। ਅਹੰਕਾਰ ਅਸਲ ਚ ਤੇ ਇੱਕ ਹਿਡਨ ਚੀਜ਼ ਹੈ ਜਿਹੜਾ ਉਪਰੋਂ ਥੋੜਾ ਜਿਹਾ ਇਸ ਤਰ੍ਹਾਂ ਦਾ ਐਕਸਪ੍ਰੈਸ ਹੁੰਦਾ। ਅਹੰਕਾਰ ਵੀ ਇੱਕ ਤਰ੍ਹਾਂ ਦੀ ਨੈਗੇਟਿਵ ਐਨਰਜੀ ਹੈ ਜਿਹੜੀ ਰਿਪਲੇਸ ਹੋਈ ਹੈ। ਰਿਪਲੇਸ ਕਿਤੋਂ ਹੋਈ ਹੈ? ਜਿਹੜੀ ਆਪਣੀ ਰੂਹ ਸੀਗੀ ਉਹ ਬਿਲਕੁਲ ਪਰਫੈਕਟ ਸੀਗੀ ਜਦੋਂ ਰੱਬ ਦੇ ਘਰੋਂ ਆਈ ਸੀ, ਉਹ ਪਰਫੈਕਟ ਰੂਹ ਤੇਜ਼ ਜੋਤੀ ਵਾਲੀ ਜਦੋਂ ਇੱਥੇ ਮੱਥੇ ਤੇ ਆ ਕੇ ਬੈਠਦੀ ਹੈ ਇਨਸਾਨ ਦੇ, ਤੇ ਉਹਦਾ ਔਰਾ ਬੜਾ ਸਟਰੋਂਗ ਹੁੰਦਾ, ਚਾਰੋਂ ਪਾਸੇ ਉਹਦੀ ਰਿਸਪੈਕਟ ਹੁੰਦੀ ਹੈ, ਉਹਦੇ ਅੰਦਰ ਬੜੇ ਗੁਣ ਭਰੇ ਹੁੰਦੇ ਹੈ। ਜਦੋਂ ਅੰਦਰ ਗੁਣ ਹੈ, ਚਾਰੋਂ ਪਾਸੇ ਰਿਸਪੈਕਟ ਨੇ, ਤੇ ਉਹਦੀਆਂ ਸਾਰੀਆਂ ਜਿਹੜੀਆਂ ਅਟੇਨਮੈਂਟਸ ਨੇ ਉਹ ਵੀ ਬੜੀ ਗ੍ਰੇਟ ਹੁੰਦੀਆਂ। ਹੌਲੀ ਹੌਲੀ ਕੀ ਹੁੰਦਾ ਕਿ ਅੰਦਰ ਦੀ ਆਤਮਾ ਦੀ ਪਿਓਰਿਟੀ ਘਟਣ ਲੱਗ ਜਾਂਦੀ ਹੈ, ਤੇ ਸੋਲ ਕੌਨਸ਼ੀਅਸ ਹੋਣ ਦੇ ਬਦਲੇ ਉਹ ਬੋਡੀ ਕੌਨਸ਼ੀਅਸ ਹੋਣ ਲੱਗ ਜਾਂਦੇ ਆ। ਜਦੋਂ ਬੋਡੀ ਕੌਨਸ਼ੀਅਸ ਹੋਣਗੇ ਤੇ ਔਰਾ ਉਹਨਾਂ ਦਾ ਜਿਹੜਾ ਇੰਨਾ ਸਟਰੋਂਗ ਸੀਗਾ ਉਹ ਵੀਕ ਪੈ ਜਾਂਦਾ। ਜਦੋਂ ਔਰਾ ਵੀਕ ਪੈ ਜਾਂਦਾ ਤੇ ਬਾਹਰੋਂ ਤੇ ਰਿਸਪੈਕਟ ਮਿਲਣੀ ਘੱਟ ਗਈ, ਬਾਹਰ ਦੀਆਂ ਅਟੇਨਮੈਂਟਸ ਘੱਟ ਗਈਆਂ, ਅੰਦਰ ਕਿਤੇ ਲਸਟ ਕਿਤੇ ਗਰੀਡ ਕੰਮ ਕਰਨ ਲੱਗ ਗਿਆ, ਤੇ ਜਦੋਂ ਬਾਹਰੋਂ ਨੀ ਮਿਲਦਾ ਨਾ ਫਿਰ ਇਨਸਾਨ ਦੀ ਉਹ ਜਿਹੜੀ ਭੁੱਖ ਸੀਗੀ ਨਾ ਕਿ ਦੂਜੇ ਮੈਨੂੰ ਠੀਕ ਸਮਝਣ, ਮੈਨੂੰ ਚੰਗਾ ਸਮਝਣ, ਜਦੋਂ ਚੰਗਾ ਸੀਗਾ ਤੇ ਚੰਗਾ ਸਮਝਦੇ ਸੀਗੇ, ਅੱਜ ਆਪਣੀ ਚੰਗਿਆਈ ਘੱਟ ਗਈ, ਆਪਣਾ ਐਨਰਜੀ ਲੈਵਲ ਲੋ ਹੋ ਗਿਆ, ਤੇ ਐਨਰਜੀ ਲੈਵਲ ਲੋ ਨੂੰ ਫੁੱਲ ਕਰਨ ਵਾਸਤੇ ਇੱਕ ਰੋਂਗ ਮੀਨਸ ਯੂਜ਼ ਕਰ ਰਹੇ ਹੈ, ਇੱਕ ਉਲਟਾ ਤਰੀਕਾ ਯੂਜ਼ ਕਰ ਰਹੇ ਹੈ ਕਿ ਇਨਡਾਇਰੈਕਟਲੀ ਇਹ ਸ਼ੋਅ ਕਰਦੇ ਹੈ ਕਿ ਮੈਂ ਹੋਰਾਂ ਤੋਂ ਠੀਕ ਹੈਗਾ, ਤੇ ਦੂਜਿਆਂ ਦੇ ਮੂੰਹ ਆਪਣੇ ਵਾਸਤੇ ਐਪਰੀਸੀਏਸ਼ਨ ਮੰਗਦੇ ਹੈ। ਐਪਰੀਸੀਏਸ਼ਨ ਦੀ ਭੁੱਖ ਹੈ ਆਪਣੇ ਵਾਸਤੇ, ਜਿੰਨੀ ਇਹ ਭੁੱਖ ਜ਼ਿਆਦਾ ਹੋਏਗੀ ਉਹਨਾਂ ਦੂਜਿਆਂ ਦੀ ਨਿੰਦਾ ਜ਼ਿਆਦਾ ਕਰਨਗੇ। ਮਤਲਬ ਇਹ ਇੰਨਾ ਜ਼ਰੂਰੀ ਹੈ ਕਿ ਆਪਣੀ ਬੜਾਈ ਕਰਾਉਣ ਵਾਸਤੇ ਅਸੀਂ ਦੂਸਰਿਆਂ ਦੀ ਨਿੰਦਾ ਕਰੀਏ? ਬਿਲਕੁਲ, ਕਹਿੰਦੇ ਨੇ ਦੇਖੋ ਪੁਰਾਣੇ ਲੋਕੀ ਕਹਿੰਦੇ ਸੀ ਕਿ ਚਨਾ ਹਾਂਜੀ ਭੁਨਿਆ ਹੋਇਆ ਚਨਾ ਹਾਂਜੀ ਤੇ ਚੁਗਲ ਹਾਂਜੀ ਜਿਹਦੇ ਮੂੰਹ ਨੂੰ ਲੱਗ ਜੇ ਛੁੱਟਦਾ ਨਹੀਂ, ਕਿਉਂਕਿ ਇੱਕ ਟੇਸਟੀ ਵੀ ਹੁੰਦਾ ਬਹੁਤ। ਜਿਸ ਤਰ੍ਹਾਂ ਭੁਨਿਆ ਚਨਾ ਵੀ ਕਿਸੇ ਨੂੰ ਤੁਸੀਂ ਪੇਸ਼ ਕਰੋ ਨਾ ਕਿ ਲੋ ਥੋੜਾ ਜਿਹਾ ਖਾ ਲਓ, ਹਾਂਜੀ ਉਹਨੂੰ ਲੱਗੇਗਾ ਨਹੀਂ ਨਹੀਂ ਰਹਿਣ ਦਿਓ ਕੀ ਖਾਣਾ, ਤੇ ਤੁਸੀਂ ਗੱਲਾਂ ਬਾਤਾਂ ਕਰਨ ਵੇਲੇ ਉਹਦੇ ਅੱਗੇ ਪਲੇਟ ਰੱਖ ਦਿਓ ਤੇ ਉਹਨੂੰ ਕਹੋ ਬਸ ਦੋ ਚਾਰ ਦਾਣੇ ਲੈ ਲਓ। ਹਾਂਜੀ ਤੁਸੀਂ ਦੇਖੋਗੇ ਇੱਕ ਵਾਰੀ ਦੋ ਚਾਰ ਲੈ ਕੇ ਫਿਰ ਉਹਨੇ ਹੋਰ ਲੈਣੇ ਆ, ਫਿਰ ਹੋਰ ਲੈਣੇ ਆ, ਫਿਰ ਹੋਰ ਲੈਣੇ ਆ, ਕਰਦੇ ਕਰਦੇ ਉਹ ਤੁਹਾਡਾ ਚਨਾ ਪੂਰਾ ਖਤਮ ਹੋ ਜਾਏਗਾ। ਇਸੇ ਤਰ੍ਹਾਂ ਜਿਹੜੀ ਚੁਗਲੀ ਹੈ ਨਾ ਅੰਦਰ ਲੱਗਦਾ ਕਿ ਦੂਜਿਆਂ ਦੀ ਗੱਲਾਂ ਚ ਪਿਆ ਹੈ, ਕੋਈ ਕੰਮ ਦੀ ਗੱਲ ਕਰ ਲਈਏ ਫਿਰ ਵੀ ਇੱਕ ਗੱਲ ਸ਼ੁਰੂ ਕਰ ਦੇਣਗੇ, ਭੈਣ ਤੈਨੂੰ ਪਤਾ ਹੈ। ਇਹਦੇ ਵਿੱਚ ਇੱਕ ਕਰੀਓਸਿਟੀ ਹੈ, ਬਿਲਕੁਲ। ਔਰ ਕਰੀਓਸਿਟੀ ਅਗਰ ਸਾਡੇ ਈਗੋ ਨਾਲ ਮੈਚ ਕਰ ਜਾਏ, ਕਰੀਓਸਿਟੀ ਹੈ ਕਿ ਫਲਾਣੇ ਨੇ ਇਹ ਕੀਤਾ ਉਹ ਕੀਤਾ ਤੇ ਸਾਨੂੰ ਲੱਗਣ ਲੱਗ ਜਾਂਦਾ ਅੱਛਾ ਇੱਦਾਂ ਕੀਤਾ, ਮੇਰੇ ਨਾਲ ਵੀ ਉਹਨੇ ਇੱਦਾਂ ਕੀਤਾ ਸੀਗਾ। ਕੁੱਲ ਮਿਲਾ ਕੇ ਅਸੀਂ ਦੋਨੋਂ ਆਪਣੇ ਅੰਦਰ ਦੀ ਇੱਕ ਭੁੱਖ, ਅੰਦਰ ਦੀ ਇੱਕ ਜਿਹੜੀ ਚਟਪਟੀ ਫੀਲਿੰਗ ਸੀਗੀ ਨਾ ਉਹਨੂੰ ਆਪਾਂ ਫੁੱਲਫਿਲ ਕਰ ਰਹੇ ਹਾਂ, ਇਸ ਕਰਕੇ ਇੱਕ ਕਮਜ਼ੋਰੀ ਹੈ। ਇਹ ਕਮਜ਼ੋਰੀ ਇਨਸਾਨ ਨੂੰ ਓਦਾਂ ਹੀ ਚਲਾਉਂਦੀ ਹੈ ਜਿਸ ਤਰ੍ਹਾਂ ਜਿਹਦੀਆਂ ਲੱਤਾਂ 'ਚ ਤਾਕਤ ਨਾ ਹੋਵੇ, ਠੀਕ ਉਹਨੂੰ ਸਲੋਪ 'ਤੇ ਖੜਾ ਕਰ ਦਿਓ। ਅੱਛਾ ਅਤੇ ਸਲੋਪ 'ਤੇ ਖੜਾ ਕਰਕੇ ਉਹਨੂੰ ਕੋਚ ਜਿਹੜੇ ਪਾਸੇ ਮਰਜ਼ੀ ਤੁਰ ਲੈ, ਹਾਂਜੀ ਅਤੇ ਕੀ ਹੋਵੇਗਾ? ਡਿੱਗੇਗਾ, ਹੈ ਨਾ, ਡਾਊਨਵਰਡ ਚੱਲੇਗਾ, ਢਲਾਨ ਦੇ ਵੱਲ ਥੱਲੇ ਰਾਹੀਂ ਉਤਰੇਗਾ। ਚੜਨ ਵੇਲੇ ਉਹਨੂੰ ਕਮਰ ਦੁਖੇਗੀ ਤੇ ਉਹਦੀਆਂ ਲੱਤਾਂ ਜ਼ੋਰ ਲੱਗਣ, ਲੱਤਾਂ ਦੁਖਣਗੀਆਂ, ਉਹ ਚੜਨਾ ਉਹਨੂੰ ਔਖਾ ਲੱਗਦਾ। ਇਸੇ ਤਰ੍ਹਾਂ ਜੇ ਆਪਾਂ ਦੂਜੇ ਦੇ ਗੁਣ ਦੇਖੀਏ, ਚੰਗਿਆਈਆਂ ਦੇਖੀਏ, ਇਹਦੇ ਵਿੱਚ ਜ਼ੋਰ ਲੱਗਦਾ, ਇਨਸਾਨ ਨੂੰ ਲੱਗਦਾ ਮੈਂ ਛੋਟਾ ਹੋ ਗਿਆ। ਜੇ ਉਹਦੀ ਬੁਰਾਈਆਂ ਦੇਖਣੀਆਂ ਤੇ ਉਹਨੂੰ ਲੱਗਦਾ ਮੈਂ ਵੱਡਾ ਹੋ ਗਿਆ। ਅਸਲ 'ਚ ਅਸੀਂ ਆਪਣੀ ਐਨਰਜੀ ਡਰੇਨ ਕਰ ਰਹੇ ਹੁੰਦੇ ਹਾਂ। ਅਸੀਂ ਕਿਸ ਤਰ੍ਹਾਂ ਇਹ ਚੇਂਜ ਕਰ ਸਕਦੇ ਹਾਂ ਕਿ ਅਗਲੇ ਦੀ ਜਿਹੜੀ ਨਿੰਦਾ ਹੈ ਉਹਦੀ ਅੱਛੀ ਕੁਆਲਿਟੀਜ਼ ਨਾ ਦੇਖ ਕੇ, ਉਹਦੀ ਬੁਰਾਈਆਂ ਜਿਹੜੀਆਂ ਕਰਦੇ ਹਾਂ ਤੇ ਕਦੀ ਉਹਦੀ ਅੱਛੀ ਕੁਆਲਿਟੀ ਦੇਖ ਕੇ ਉਹਨੂੰ ਅਪਰੀਸ਼ੀਏਟ ਵੀ ਕਰ ਸਕੀਏ? ਇਹਦੇ ਵਾਸਤੇ ਥੋੜ੍ਹਾ ਜਿਹਾ ਆਪਣੇ ਉੱਤੇ ਕੰਮ ਕਰਨਾ ਪੈਣਾ ਸਾਨੂੰ। ਹਾਂਜੀ
ਜਿੰਨੇ ਆਪਣੇ ਅੰਦਰ ਗੁਣ ਘੱਟ ਨੇ ਹਾਂਜੀ ਓਨੇ ਦੂਜੇ ਦੇ ਅਵਗੁਣ ਜ਼ਿਆਦਾ ਦਿਸਦੇ ਹੈ। ਅੱਛਾ, ਬਹੁਤ ਜ਼ਰੂਰੀ ਗੱਲ ਹੈ। ਨਿੰਦਾ ਕਰਨਾ ਕੱਲਾ ਅਵਗੁਣ ਨਹੀਂ ਹੈਗਾ, ਨਿੰਦਾ ਕਰਨ ਦੇ ਪਿੱਛੇ ਬੈਕਗ੍ਰਾਉਂਡ ਹੈਗੀ ਬਹੁਤ ਜ਼ਿਆਦਾ, ਕਿ ਆਪਣੇ ਅੰਦਰ ਕੋਈ ਨਾ ਕੋਈ ਚੀਜ਼ਾਂ ਦਾ ਘਾਟਾ ਸੀਗਾ, ਤੇ ਉਹ ਜਦੋਂ ਆਪਾਂ ਜਿੰਨਾ ਭਰਦੇ ਜਾਵਾਂਗੇ ਉਹਨੂੰ, ਉਹਨਾਂ ਦੂਜੇ ਵੀ ਸਾਨੂੰ ਠੀਕ ਲੱਗਦੇ ਜਾਣਗੇ। ਜਦੋਂ ਤੱਕ ਅਸੀਂ ਆਪਣੇ ਅੰਦਰ ਦੀ ਕਮੀਆਂ ਨੂੰ ਨਹੀਂ ਭਰਿਆ, ਉਦੋਂ ਤੱਕ ਦੂਜੇ ਦੀ ਵਡਿਆਈ ਕਰਨਾ ਜਾਂ ਦੂਜੇ ਦੇ ਕੀਤੇ ਚੰਗੇ ਕੰਮ ਨੂੰ ਐਕਸੈਪਟ ਕਰਨਾ, ਉਹਨੂੰ ਸਰਟੀਫਾਈ ਕਰਨਾ, ਇਨਸਾਨ ਨੂੰ ਔਖਾ ਲੱਗਦਾ ਹੀ ਲੱਗਦਾ ਹੈ, ਤੇ ਅੰਦਰ ਦਾ ਖੱਡਾ ਭਰਨ ਦੀ ਲੋੜ ਹੈ। ਉਹ ਕਿਸ ਤਰ੍ਹਾਂ ਕਰ ਸਕਦੇ ਹਾਂ? ਜਿਹੜਾ ਜਿਹੜੇ ਸਾਡੇ ਅੰਦਰ ਹੋਲੋਨੈਸ ਆ ਜਾਂਦੀ ਹੈ, ਇੱਕ ਵੈਕਿਊਮ ਆ ਜਾਂਦਾ ਹੈ ਜਿਹਦੇ ਕਰਕੇ ਅਸੀਂ ਬਾਕੀਆਂ ਦੀ ਨਿੰਦਾ ਕਰਦੇ ਹਾਂ, ਉਹ ਕਿਹੜੀ ਕਮਜ਼ੋਰੀ ਹੈ ਸਾਡੇ ਅੰਦਰ ਜਿਹਨੂੰ ਅਸੀਂ ਠੀਕ ਕਰ ਸਕਦੇ ਹਾਂ? ਇਹ ਇੰਟਰਨਲ ਵੈਲਿਊਜ਼ ਨੇ। ਅੱਛਾ ਜੀ। ਤੇ ਇੰਟਰਨਲ ਵੈਲਿਊਜ਼ ਇਸ ਤਰ੍ਹਾਂ ਦੀਆਂ ਹੁੰਦੀਆਂ, ਜਿੱਦਾਂ ਮੈਂ ਫੀਲ ਕਰਦੀ ਹਾਂ ਆਪਣੀ ਲਾਈਫ 'ਚ, ਮੈਂ ਦੇਖਿਆ ਜਦੋਂ ਅਸੀਂ ਕਾਲਜ ਜਾਂਦੇ ਸੀ ਜਾਂ ਸਕੂਲ ਪੜ੍ਹਦੇ ਸੀ, ਮੈਂ ਦੇਖਿਆ ਬੜਾ ਮਜ਼ਾ ਆਉਂਦਾ ਸੀ ਇਹ ਗੱਲਾਂ ਇੱਦਾਂ ਦੀਆਂ ਕਰਕੇ, ਇੱਧਰ ਦੀ ਉੱਧਰ, ਉੱਧਰ ਦੀ ਇੱਧਰ ਕਰਕੇ, ਇੱਧਰ ਦੀ ਉੱਧਰ ਲਾ ਕੇ, ਉੱਧਰ ਦੀ ਉੱਧਰ ਲਾ ਕੇ, ਬੜਾ ਮਜ਼ਾ ਆਉਂਦਾ ਸੀ। ਦੋ ਚਾਰ ਵਿੱਚ ਐਡ ਵੀ ਕਰ ਦਿੰਦੇ ਸੀ, ਤੇ ਨਾਲੇ ਆਪਾਂ ਕਹਿੰਦੇ ਸੀ ਦੇਖੋ ਕੋਈ ਜ਼ਿਆਦਾ ਇੱਦਾਂ ਦਾ ਲੱਗਦਾ ਨਾ, ਇੱਦਾਂ ਦੀ ਪਰਸਨੈਲਿਟੀ, ਇਹਦੀ ਗੱਲ ਉੱਧਰ ਕਰਦੀ ਹੈ, ਉਹਦੀ ਉੱਧਰ ਕਰਦੀ ਹੈ, ਅਸੀਂ ਕਹਿੰਦੇ ਸੀ ਉਹ ਦੇਖੋ ਨਾਰਦ ਮੁਨੀ ਆ ਗਿਆ, ਤੇ ਸਾਨੂੰ ਲੱਗਦਾ ਸੀ ਜੇ ਨਾਰਦ ਮੁਨੀ ਦੀ ਇਹ ਗੱਲ ਕਰ ਰਹੇ ਹੈ ਤੇ ਕੋਈ ਗਲਤ ਗੱਲ ਨਹੀਂ ਹੈ, ਇਹ ਆਮ ਗੱਲ ਹੈ ਕਿ ਇੱਧਰ ਦੀ ਆਪਾਂ ਉੱਧਰ ਕਰਤੀ ਹੈ, ਤੇ ਇਹਦੇ ਨਾਲ ਲੱਗਦਾ ਸੀ ਕਿ ਜਿਹੜਾ ਮੇਰੀ ਗੱਲ ਸੁਣ ਕੇ ਆਪਣੇ ਪੇਟ ਵਿੱਚ ਰੱਖ ਲੈ ਨਾ, ਤੇ ਉਹ ਮੇਰੀ ਫਰੈਂਡ ਹੈ। ਬਿਲਕੁਲ। ਜਿਹਨੇ ਨਹੀਂ ਰੱਖੀ ਤੇ ਉਹਦੇ ਨਾਲ ਆਪਾਂ ਬਾਇਕਾਟ ਕਰ ਲੈਂਦੇ ਸੀ, ਉਹ ਲੱਗਦਾ ਸੀ ਕਿ ਇਹ ਫੇਥਫੁਲ ਨਹੀਂ ਹੈ। ਤੇ ਦੂਜੇ ਦਾ ਸਹਾਰਾ ਲੈਂਦੇ ਹਾਂ ਆਪਾਂ, ਜਿਸ ਤਰ੍ਹਾਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਕਿ ਜਿਹਦੀਆਂ ਲੱਤਾਂ ਕਮਜ਼ੋਰ ਨੇ, ਜਾਂ ਤੇ ਸਲੋਪ ਤੇ ਖੜਾ ਹੋ ਕੇ ਤੇ ਨੀਵੇਂ ਵੱਲ ਚੱਲੇਗਾ, ਜਾਂ ਫਿਰ ਉਹਨੂੰ ਵਿਸਾਖੀਆਂ ਲਾਣੀਆਂ ਪੈਂਦੀਆਂ, ਤੇ ਇਹ ਆਪਣੇ ਅੰਦਰ ਦੀ ਕਮਜ਼ੋਰੀ ਨੂੰ ਨਿੰਦਾ ਦੀਆਂ ਵਿਸਾਖੀਆਂ ਆਪਾਂ ਲਾਈਆਂ ਹੋਈਆਂ, ਤੇ ਇਹਦੇ ਵਾਸਤੇ ਆਪਣਾ ਸੈਲਫ ਰਿਸਪੈਕਟ ਵਧਾਉਣ ਦੀ ਲੋੜ ਹੈ। ਅੱਛਾ। ਸੈਲਫ ਰਿਸਪੈਕਟ ਨੂੰ ਆਪਾਂ ਸਿੰਪਲ ਸ਼ਬਦਾਂ 'ਚ ਕਵਾਂਗੇ ਸਵਮਾਨ, ਆਪਣੇ ਆਪ ਨੂੰ ਆਪ ਇੱਜ਼ਤ ਦਿਓ। ਇੱਕ ਚੀਪ ਤਰੀਕੇ ਨਾਲ ਦੂਜੇ ਦੀ ਇੱਜ਼ਤ ਤੁਸੀਂ ਸੀਕ ਕਰਨ ਦੀ ਕੋਸ਼ਿਸ਼ ਨਾ ਕਰੋ। ਜੇ ਆਪਣੇ ਸਵਮਾਨ 'ਚ ਕੋਈ ਹੈਗਾ ਨਾ, ਹਾਂਜੀ, ਤੇ ਸੈਲਫ ਰਿਸਪੈਕਟ ਦੀ ਇੱਕ ਸਿੰਪਲੈਸਟ ਡੈਫੀਨੇਸ਼ਨ ਹੈ, ਜੇ ਤੁਸੀਂ ਆਪਣੇ ਸੈਲਫ ਰਿਸਪੈਕਟ ਵਿੱਚ ਠੀਕ ਰਹਿੰਦੇ ਜੇ, ਬਿਲਕੁਲ ਠੀਕ, ਤੇ ਉਹਦਾ ਸਭ ਤੋਂ ਵੱਡਾ ਲੱਛਣ ਹੋਏਗਾ ਤੁਸੀਂ ਦੂਜੇ ਨੂੰ ਰਿਸਪੈਕਟ ਦਿਓ। ਅੱਛਾ, ਆਪਣੇ ਆਪ ਨੂੰ ਰਿਸਪੈਕਟ ਦੇਣ ਤੋਂ ਹੀ ਅਸੀਂ ਦੂਸਰੇ ਨੂੰ ਦੇ ਸਕਦੇ ਹਾਂ। ਤੇ ਜੇ ਤੁਸੀਂ ਦੇਖਿਆ, ਸਮਝੋ ਸਾਹਮਣੇ ਵਾਲਾ ਕੋਈ ਵੀ ਗਰੁੱਪ ਹੈ, ਉਹਦੇ ਵਿੱਚ ਚੰਗਿਆਈ ਵੀ ਹੈ ਤੇ ਗਲਤੀ ਵੀ ਹੈ, ਤੇ ਤੁਸੀਂ ਕੀ ਕਰੋਗੇ? ਹੁਣ ਕਨਵਰਸੇਸ਼ਨ ਤੇ ਕਰਨੀ ਹੈ, ਗੂੰਗੇ ਤੇ ਹੈਗੇ ਨਹੀਂ ਹੈ, ਤੇ ਕਿਸੇ ਦੀ ਬੁਰਾਈ ਦੇਖ ਕੇ ਤੁਸੀਂ ਉਹਨੂੰ ਪੇਟ ਦੇ ਅੰਦਰ ਸਮਾ ਲਓਗੇ, ਸਮਾ ਕੇ ਤੇ ਦੂਜੇ ਦੇ ਅੱਗੇ ਤੁਸੀਂ ਉਹਦੇ ਚੰਗੇ ਚੰਗੇ ਗੱਲ ਰੱਖਣੇ। ਸਮਝੋ ਤੁਸੀਂ ਗੱਲ ਸ਼ੁਰੂ ਕੀਤੀ ਸੀ ਕਿ ਕਿਸੇ ਦੇ ਪਾਰਟੀ 'ਚ ਗਏ ਤੇ ਅਸੀਂ ਉਹਦੀਆਂ ਹੀ ਗੱਲਾਂ ਕਰਨ ਲੱਗ ਜਾਂਦੇ, ਹਾਂ ਜਿਹਦੀ ਪਾਰਟੀ ਹੈ ਉਹਦੇ ਬਾਰੇ ਹੀ ਬੁਰਾ ਕਿ ਇਹਨੇ ਕੀ ਬੰਦੋਬਸਤ ਕੀਤਾ ਹੈ, ਖਾਣਾ ਨਹੀਂ ਚੰਗਾ, ਹੈ ਨਾ, ਇਹ ਵੀ ਕਰ ਸਕਦਾ ਸੀ, ਇਹਨੇ ਪੈਸਾ ਘੱਟ ਲਾਇਆ, ਮਤਲਬ ਉਹਦੀ ਪਹਿਲਾਂ ਤਾਂ ਜਿੱਥੇ ਤੁਸੀਂ ਇੰਜੋਏ ਕਰਨ ਆਏ ਹੋ ਉਹਦਾ ਹੀ ਪਹਿਲਾਂ ਉਹਦੇ ਬਾਰੇ ਗਲਤ ਕਹਿਣ ਲੱਗ ਪੈਂਦੇ ਹਾਂ, ਤੇ ਅਸੀਂ ਆਪਣੇ ਨਾਲ ਕੰਪੈਰੀਜ਼ਨ ਕਰਨ ਲੱਗ ਜਾਂਦੇ ਹਾਂ, ਸਾਡੇ ਹੋਇਆ ਸੀ ਨਾ ਤੇ ਅਸੀਂ ਕਿੰਨਾ ਚੰਗਾ ਕੀਤਾ ਸੀ, ਤੇ ਉਸ ਵੇਲੇ ਸੋਚਣਾ ਚਾਹੀਦਾ ਅਸੀਂ ਜਿਹਦੇ ਘਰ ਗਏ ਹਾਂ, ਜਿਹਦੇ ਵੀ ਪ੍ਰੋਗਰਾਮ 'ਚ ਗਏ ਹਾਂ, ਤੇ ਉਹਦੇ ਵਿੱਚ ਆਪਣੇ ਆਪ ਨੂੰ ਖੜਾ ਕਰ ਦਿਓ, ਐਦਾਂ ਸਮਝੋ ਕਿ ਇਹ ਪ੍ਰੋਗਰਾਮ ਉਹਦਾ ਨਹੀਂ ਸਾਡਾ ਆਪਣਾ ਹੈ, ਮੇਰਾ ਆਪਣਾ ਹੈ, ਇਹ ਬੁਰਾਈ ਜਿਹੜੀ ਉਹਦੇ ਅੰਦਰ ਹੈ ਇਹ ਉਹਦੀ ਨਹੀਂ ਮੇਰੀ ਆਪਣੀ ਹੈ, ਉਹ ਜਿਹੜੀ ਸਾਹਮਣੇ ਵਾਲੀ ਹੈਗੀ ਹੈ, ਚਾਹੇ ਮੇਲ ਹੈ ਚਾਹੇ ਫੀਮੇਲ ਹੈ, ਉਹ ਮੇਰਾ ਹੀ ਭਾਈ ਹੈ, ਮੇਰੀ ਭੈਣ ਹੈ, ਤੇ ਇਸ ਕਰਕੇ ਇਹ ਮੇਰਾ ਹੀ ਪ੍ਰੋਗਰਾਮ ਹੈ। ਜਦੋਂ ਉਸ ਗੱਲ 'ਚ ਆਪਣਾਪਨ ਅਸੀਂ ਪੈਦਾ ਕਰਾਂਗੇ ਨਾ, ਫਿਰ ਸਾਡਾ ਦਿਲ ਨਹੀਂ ਕਰੇਗਾ ਕਿ ਉਹਦੀ ਆਪਾਂ ਚੁਗਲੀ ਲਾਈਏ ਜਾਂ ਉਹਦੇ ਕੰਮ ਕਿੱਤੇ 'ਚ ਆਪਾਂ ਗਲਤੀਆਂ ਕੱਢੀਏ। ਤੇ ਇੱਕ ਹੋਰ ਗੱਲ ਇਹਦੇ 'ਚ ਆਪਾਂ ਧਿਆਨ ਰੱਖ ਸਕਦੇ ਹਾਂ ਕਿ ਹਮੇਸ਼ਾ ਇਹ ਸੋਚੀਏ ਕਿ ਜਿਹੜਾ ਦੂਜੇ ਦੀ ਕਮੀਆਂ ਛਿਪਾਏਗਾ, ਹਾਂਜੀ, ਤੇ ਉਹਦੀਆਂ ਚੰਗਿਆਈਆਂ ਨੂੰ ਹਾਈਲਾਈਟ ਕਰੇਗਾ, ਹਾਂਜੀ, ਤੇ ਉਹ ਵੀ ਉਹਦੀਆਂ ਕਮੀਆਂ ਨੂੰ ਆਪਣੇ ਪੇਟ ਵਿੱਚ ਰੱਖ ਕੇ ਤੇ ਉਹਦੀਆਂ ਚੰਗਿਆਈਆਂ ਨੂੰ ਹਾਈਲਾਈਟ ਕਰੇਗਾ। ਨਹੀਂ ਤੇ ਸੋਚ ਲਓ ਕਿ ਅੱਜ ਉਹਦੀ ਵਾਰੀ ਹੈ,
ਤੇ ਕੱਲ ਹਾਂ ਦੀਦੀ ਕਰਾਂਗੇ, ਇੱਕ ਮਿਊਚੁਅਲ ਜੀ ਚੀਜ਼ ਹੋ ਜਾਂਦੀ, ਉਹਨੇ ਮੇਰੀ ਅੱਜ ਕੀਤੀ ਹੈ, ਕੱਲ ਮੈਂ ਜਦ ਮੈਨੂੰ ਮੌਕਾ ਲੱਗਣਾ ਤੇ ਮੈਂ ਵੀ ਉਹਦੀ ਕਰ ਦੇਣੀ ਹੈ, ਤੇ ਆਪਾਂ ਛੱਡਦੇ ਨਹੀਂ ਫਿਰ ਉਸ ਗੱਲ ਨੂੰ। ਤੇ ਇਸ ਕਰਕੇ ਇਹ ਕੋਈ ਦੋਸਤੀ ਦਾ ਤਰੀਕਾ ਨਹੀਂ ਹੈਗਾ ਕਿ ਜਿਹਦੇ ਘਰ ਤੁਸੀਂ ਗਏ, ਜਿਹਦੇ ਨਾਲ ਤੁਸੀਂ ਘੁੰਮਣ ਗਏ, ਉਹ ਹਟਿਆ ਤੁਹਾਡੇ ਅੱਗੋਂ ਤੇ ਤੁਸੀਂ ਉਹਦੇ ਪਿੱਛੇ, ਜਿਹਨੂੰ ਕਹੀਦਾ ਪਿੱਠ ਪਿੱਛੇ ਛੁਰੀ ਲਾਣਾ। ਤੇ ਇਹਦੇ ਨਾਲ ਆਪਾਂ ਦੇਖਿਆ ਕਿ ਅੱਜ ਕੱਲ ਕਈ ਲੋਕੀ ਇੰਨੇ ਡਿਸਟਰਬ ਹੋ ਜਾਂਦੇ ਆ, ਡਿਪਰੈਸ ਹੋ ਜਾਂਦੇ ਆ, ਡਿਪਰੈਸ਼ਨ ਚ ਆ ਜਾਂਦੇ ਆ, ਉਹਨਾਂ ਨੂੰ ਮੈਡੀਸਿਨ ਲੈਣੀ ਪੈਂਦੀ ਹੈ, ਪੈ ਜਾਂਦਾ ਉਹਨਾਂ ਨੂੰ ਕਿ ਮੇਰੇ ਬਾਰੇ ਕਿਉਂ ਗਿਆ, ਮੇਰੇ ਬਾਰੇ ਐਦਾਂ ਕਹਿੰਦੇ। ਹਾਂ ਕਈ ਵਾਰੀ ਹੁੰਦਾ ਹੈ ਕਿ ਅਸੀਂ ਨਹੀਂ ਕਰਦੇ ਗਲਤ ਅਗਲੇ ਦੇ ਨਾਲ, ਲੇਕਿਨ ਫਿਰ ਵੀ ਜਿਸ ਤਰ੍ਹਾਂ ਕੋਈ ਮੇਰੀ ਸਹੇਲੀ ਹੈ ਮੇਰੇ ਬਾਰੇ ਗਲਤ ਕਹੇਗੀ ਤੀਸਰੀ ਨੂੰ ਜਾ ਕੇ, ਜਦ ਮੈਨੂੰ ਪਤਾ ਚੱਲੇਗਾ ਤਾਂ ਮੈਂ ਤਾਂ ਇਹੀ ਸੋਚਾਂਗੀ ਮੈਂ ਤਾਂ ਕਦੀ ਇਹਦੇ ਨਾਲ ਗਲਤ ਨਹੀਂ ਕੀਤਾ ਸੀ, ਇਹਨੇ ਫਿਰ ਮੇਰੇ ਪਿੱਛੋਂ ਜਾ ਕੇ ਮੇਰੇ ਬਾਰੇ ਇਹ ਗਲਤ ਗੱਲ ਕੀਤੀ। ਰਾਈਟ। ਤੇ ਬਹੁਤ ਸਾਰਾ ਇਹਦੇ ਵਿੱਚ ਕੀ ਹੁੰਦਾ, ਸਾਡੀਆਂ ਅਸੰਪਸ਼ਨਸ ਹੁੰਦੀਆਂ, ਅਸੀਂ ਇੱਕ ਅਨੁਮਾਨ ਲਾ ਕੇ ਗੱਲ ਕਰ ਰਹੇ ਹੁੰਦੇ ਹਾਂ, ਜ਼ਰੂਰੀ ਨਹੀਂ ਜਿੱਦਾਂ ਦਾ ਆਪਾਂ ਓਬਜ਼ਰਵ ਕੀਤਾ ਉਹ ਗੱਲ ਬਿਲਕੁਲ ਸੱਚੀ ਹੋਵੇ। ਸਾਡੀ ਓਬਜ਼ਰਵੇਸ਼ਨ ਲਿਮਿਟਿਡ ਵੀ ਹੋ ਸਕਦੀ ਹੈ, ਰੋਂਗ ਵੀ ਹੋ ਸਕਦੀ ਹੈ, ਸਾਨੂੰ ਵਹਿਮ ਵੀ ਹੋ ਸਕਦਾ ਕਿ ਇਹ ਜਿਹੜੀ ਉਹਨੇ ਡੈਕੋਰੇਸ਼ਨ ਕੀਤੀ ਹੈ, ਇਹ ਜਿਹੜਾ ਉਹਨੇ ਸਾਰਾ ਇੰਤਜ਼ਾਮ ਕੀਤਾ ਤੇ ਇਸ ਗੱਲੋਂ ਠੀਕ ਨਹੀਂ ਹੈਗਾ, ਕੀ ਪਤਾ ਉਹਦੇ ਪਿੱਛੋਂ ਉਹਦਾ ਕੋਈ ਹੋਰ ਕਾਰਨ ਹੋਵੇ, ਜਾਂ ਉਹਨੇ ਠੀਕ ਕੀਤਾ ਹੋਵੇ ਸਾਨੂੰ ਠੀਕ ਨਾ ਜਾਪਦਾ ਹੋਵੇ, ਇਹ ਵੀ ਤਾਂ ਹੋ ਸਕਦਾ ਨਾ। ਤੇ ਇਹ ਆਪਾਂ ਨੂੰ ਸੋਚਣਾ ਚਾਹੀਦਾ ਨਿੰਦਾ ਕਰਨ ਤੋਂ ਪਹਿਲਾਂ ਕਿ ਹਰੇਕ ਦੀ ਆਪਣੀ ਆਪਣੀ ਵਿਚਾਰਧਾਰਾ ਹੈ। ਬਿਲਕੁਲ। ਤੇ ਵਿਚਾਰਧਾਰਾ ਨੂੰ ਆਪਾਂ ਰੋਂਗ ਤੇ ਰਾਈਟ ਦਾ ਸਰਟੀਫਿਕੇਟ ਨਹੀਂ ਦੇ ਸਕਦੇ, ਇਹ ਇੱਕ ਇੰਡੀਵਿਜੁਅਲਿਟੀ ਹੈ, ਹਰੇਕ ਦੀ ਯੂਨੀਕਨੈਸ ਹੈ ਜਿਹਨੂੰ ਸਿਰਫ ਐਪਰੀਸ਼ੀਏਟ ਕਰਨਾ ਚਾਹੀਦਾ। ਜਿਸ ਤਰ੍ਹਾਂ ਕੋਈ ਹਿੰਦੀ ਬੋਲਦਾ, ਕੋਈ ਅੰਗਰੇਜ਼ੀ ਬੋਲਦਾ, ਸਮਝੋ ਆਪਾਂ ਕਿਸੇ ਪਾਰਟੀ 'ਚ ਗਏ, ਜਿਹੜਾ ਅੰਗਰੇਜ਼ੀ ਬੋਲ ਰਿਹਾ ਸੀ ਉਹਨੂੰ ਤੇ ਆਪਾਂ ਸਮਝਾਂਗੇ ਕਿ ਬੜਾ ਪੜ੍ਹਿਆ ਲਿਖਿਆ, ਬੜਾ ਮਾਡਰਨ ਹੈ, ਬੜਾ ਚੰਗਾ ਹੈ, ਤੇ ਜਿਹੜਾ ਹਿੰਦੀ ਬੋਲ ਰਿਹਾ ਜਾਂ ਪੰਜਾਬੀ ਬੋਲ ਰਿਹਾ ਆਪਾਂ ਉਹਦੇ ਨਾਲ ਗੱਲ ਵੀ ਨਹੀਂ ਕਰਦੇ, ਗੱਲ ਵੀ ਨਹੀਂ ਕਰਦੇ ਕਈ ਵਾਰੀ, ਜਾਂ ਫਿਰ ਉਹਦੀ ਆਪਾਂ ਏਦਾਂ ਦੀ ਬੁਰਾਈ ਕਰਨ ਲੱਗ ਜਾਂਦੇ ਜਿੱਦਾਂ ਉਹ ਹੀਨ ਹੁੰਦਾ। ਬਿਲਕੁਲ ਨਹੀਂ, ਇਹ ਉਹ ਮੈਟਰ ਨਹੀਂ ਹੈ ਕਿਸੇ ਦੀ ਵਡਿਆਈ ਦਾ ਜਾਂ ਨੀਵੇਂਪਣ ਦਾ, ਇਹਨਾਂ ਗੱਲਾਂ ਨਾਲ ਕੋਈ ਨੀਵਾਂ ਜਾਂ ਵੱਡਾ ਨਹੀਂ ਹੁੰਦਾ, ਨੀਵਾਂ ਜਾਂ ਵੱਡਾ ਇਨਸਾਨ ਅੰਦਰ ਦੇ ਵਿਚਾਰਾਂ ਨਾਲ ਹੁੰਦਾ, ਅੰਦਰ ਦੇ ਕਰਮਾਂ ਨਾਲ ਹੁੰਦਾ। ਆਪਾਂ ਆਪਣੇ ਮਾਪਦੰਡ ਬਦਲੀਏ, ਉਹਦੇ 'ਚ ਆਪਾਂ ਐਜ਼ੰਪਸ਼ਨ ਨਾ ਯੂਜ਼ ਕਰੀਏ, ਆਪਣੇ ਵਹਿਮਾਂ ਭਰਮਾਂ ਨੂੰ ਛੱਡ ਦੇਈਏ, ਅਤੇ ਦੌਲਤ ਸ਼ੋਹਰਤ ਅਤੇ ਬਾਹਰੀ ਵੇਸ਼ ਭੂਸ਼ਾ, ਬਾਹਰੀ ਲੈਂਗੁਏਜ, ਬਾਹਰੀ ਜੈਸਚਰਸ, ਬਾਹਰੀ ਸਜਾਵਟਾਂ ਨੂੰ ਅਸੀਂ ਨਿੰਦਾ ਦਾ ਕਾਰਨ ਨਾ ਬਣਾ ਲਈਏ, ਕਿਸੇ ਦੇ ਨੀਵੇਂ ਹੋਣ ਦੇ ਮੁੱਦੇ ਨਾਲ ਉਹਨੂੰ ਬਣਾ ਲਈਏ, ਅਤੇ ਉਸ ਤਰ੍ਹਾਂ ਦੀ ਸ਼ੇਅਰਿੰਗ ਕਰਕੇ ਇਹ ਆਪਾਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਸੋਸਾਇਟੀ ਨੂੰ ਨੀਵਾਂ ਲੈ ਕੇ ਜਾ ਰਹੇ ਹਾਂ, ਠੀਕ, ਅਸੀਂ ਪਾਪ ਕਰ ਰਹੇ ਹਾਂ। ਹਾਂ, ਨਿੰਦਾ ਕਰ ਮਤਲਬ ਨਿੰਦਾ ਕਰਨਾ ਕਿਸੇ ਦੀ ਵੀ ਪਾਪ ਹੈਗਾ, ਬਹੁਤ ਵੱਡਾ ਪਾਪ ਹੈ। ਕਿਉਂਕਿ ਦੇਖੋ, ਅੱਜ ਜੇ ਆਪਾਂ ਦੋਨੋਂ ਬੈਠ ਕੇ ਕਿਸੇ ਥਰਡ ਪਰਸਨ ਦੀ ਨਿੰਦਾ ਕਰ ਰਹੇ ਹਾਂ, ਅੱਜ ਨਹੀਂ ਤੇ ਕੱਲ ਉਹਦੇ ਕੰਨ ਵਿੱਚ ਉਹਨੂੰ ਪਤਾ ਚੱਲ ਜਾਏਗਾ, ਉਹ ਗੱਲ ਚਲੀ ਜਾਣੀ। ਬਿਲਕੁਲ। ਇਹਦੇ ਵਾਸਤੇ ਕਿਹਾ ਜਾਂਦਾ ਹੈ ਕਿ ਦੀਵਾਰਾਂ ਨੂੰ ਵੀ ਕੰਨ ਹੁੰਦੇ। ਬਿਲਕੁਲ। ਜਦੋਂ ਉਹਦੇ ਕੰਨ ਵਿੱਚ ਉਹ ਗੱਲ ਪਹੁੰਚੇਗੀ ਕਿ ਮੇਰੇ ਨਾਲ ਉਹਨੇ ਇੰਨਾ ਚੰਗਾ ਕੀਤਾ ਪਰ ਮੈਂ ਉਹਨੂੰ ਚੰਗਾ ਸਮਝਦੀ ਨਹੀਂ, ਮੈਂ ਤੁਹਾਡੇ ਅੱਗੇ ਉਹਦੀ ਬੁਰਾਈ ਕਰ ਰਹੀ ਹਾਂ, ਉਹਨੂੰ ਕਿੰਨਾ ਕਸ਼ਟ ਹੋਵੇਗਾ। ਮਤਲਬ ਜੋ ਕਿਸੇ ਦੀ ਨਿੰਦਾ ਕਰਦਾ, ਇਹਦਾ ਮਤਲਬ ਉਹ ਤਾਂ ਕਿਸੇ ਦਾ ਵੀ ਸਗਾ ਨਾ ਹੋਇਆ, ਕਿਸੇ ਦਾ ਸਗਾ ਵੀ ਨਾ ਹੋਇਆ, ਉਹਨੂੰ ਕਸ਼ਟ ਪਹੁੰਚਾਉਣਾ ਇਹ ਪਾਪ ਨਹੀਂ ਹੈ। ਕਿਉਂਕਿ ਇੱਕ ਆਦਤ ਜੀ ਬਣ ਜਾਂਦੀ ਹੈ, ਜੇ ਅੱਜ ਮੈਂ ਤੁਹਾਡੀ ਨਿੰਦਾ ਕਰਦੀ ਹਾਂ ਤੇ ਕੱਲ ਮੈਂ ਜਾ ਕੇ ਕਿਸੇ ਹੋਰ ਦੀ ਤੁਹਾਡੇ ਕੋਲ ਆ ਕੇ ਕਰਾਂਗੀ, ਮਤਲਬ ਇੱਕ ਸਰਕਲ ਜਿਹਾ ਬਣ ਜਾਂਦਾ, ਕਿਉਂਕਿ ਮੇਰੀ ਇੱਕ ਆਦਤ ਜੀ ਬਣ ਜਾਂਦੀ ਹੈ ਕਿ ਮੈਨੂੰ ਅੱਛਾ ਲੱਗਦਾ ਹੈ, ਜਿਸ ਤਰ੍ਹਾਂ ਅੰਦਰੋਂ ਇੱਕ ਫੀਲਿੰਗ ਆਉਂਦੀ ਹੈ ਨਾ ਕਿਸੇ ਦੀ ਬੁਰਾਈ ਕਰਕੇ, ਜਾਂ ਤਾਂ ਮੈਨੂੰ ਉਹਦੇ ਨਾਲ ਲੱਗਦਾ ਕਿ ਮੈਂ ਉੱਚੇ ਉੱਠ ਗਈ, ਇਹ ਕਿਉਂ ਫੀਲਿੰਗ ਕਿਉਂ ਆਉਂਦੀ ਤੇ ਇਹਨੂੰ ਕੰਟਰੋਲ ਕਿਸ ਤਰ੍ਹਾਂ ਕਰ ਸਕਦੇ? ਕੰਟਰੋਲ ਕਰਨ ਦਾ ਇੱਕ ਬਹੁਤ ਚੰਗਾ ਤਰੀਕਾ, ਹਾਂਜੀ, ਤੁਸੀਂ ਵੀ ਐਕਸਪੈਰੀਮੈਂਟ ਕਰਕੇ ਦੇਖਣਾ, ਜਿੰਨਾ ਵੀ ਗਰੁੱਪਸ 'ਚ ਤੁਸੀਂ ਜਾਂਦੇ ਹੋ ਫਿਰ ਜਾਇਓ, ਜ਼ਰੂਰ ਜਾਇਓ, ਤੇ ਜਦੋਂ ਵੀ ਉਹ ਕੋਈ ਇੱਧਰ ਉੱਧਰ ਦੀ ਗੱਲ ਕਰਨ ਲੱਗਣ ਨਾ, ਤੁਸੀਂ ਇੱਕੋ ਹੀ ਕੰਮ ਕਰਨਾ, ਅੱਛਾ, ਕਿ ਜਿਹਦੀ ਬੁਰਾਈ ਕਰਨ ਲੱਗੇ ਹੈ ਚੰਗੀ ਤਰ੍ਹਾਂ ਸੋਚ ਕੇ ਉਹਦੀ ਕੋਈ ਜੈਨੂਇਨ ਐਪਰੀਸੀਏਸ਼ਨ ਉਹਨਾਂ ਦੇ ਅੱਗੇ ਜ਼ਰੂਰ ਕਰਨੀ ਹੈ। ਓਕੇ, ਤੇ ਕੋਸ਼ਿਸ਼ ਕਰਕੇ ਬਾਰ ਬਾਰ ਉਹਨਾਂ ਦੀ ਗੱਲ ਨੂੰ ਚੇਂਜ ਕਰੋ। ਉਹ ਕਹਿਣਗੇ ਫਲਾਨੀ ਇੱਦਾਂ ਦੀ, ਇਹਨਾਂ ਨੇ ਦੇਖੋ ਅਰੇਂਜਮੈਂਟ ਇੱਦਾਂ ਦਾ ਕੀਤਾ, ਦੇਖੋ ਉਹਨੂੰ ਬੋਲਣਾ ਨਹੀਂ ਆਉਂਦਾ, ਦੇਖੋ ਉਹਨੇ ਕਿਸ ਤਰ੍ਹਾਂ ਦੀ ਡਰੈਸ ਪਾਈ ਹੈ, ਤੇ ਉਹਦੇ ਵਿੱਚੋਂ ਹੀ ਕੋਈ ਪੋਜ਼ਿਟਿਵ ਜੀ ਗੱਲ ਕੱਢ ਕੇ ਤੇ ਹੱਸੀ ਦਾ ਮੁੱਦਾ ਉਹਨੂੰ ਬਣਾ ਦਿਓ।
ਕੋਈ ਗੱਲ ਆਪਣੇ ਉੱਪਰ ਲੈ ਕੇ ਉਹਨੂੰ ਮੋੜ ਦਿਓ। ਜਦੋਂ ਤੁਸੀਂ ਇਸ ਤਰ੍ਹਾਂ ਦਾ ਕੰਮ ਕਰਨ ਲੱਗੋਗੇ ਤੇ ਹੌਲੀ ਹੌਲੀ ਵਾਤਾਵਰਣ ਬਦਲ ਸਕਦਾ ਤੇ ਉਹਨਾਂ ਦੇ ਵੀ ਗੱਲ ਕਰਨ ਦੇ ਤਰੀਕੇ ਬਦਲ ਸਕਦੇ ਆ। ਪਰ ਸਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਸਾਡੀ ਗੱਲ ਕਨਵਿੰਸਿੰਗ ਹੋਣੀ ਚਾਹੀਦੀ ਹੈ, ਠੀਕ, ਕਿ ਕੋਈ ਸੋਚ ਕੇ ਉਹਦੀ ਚੰਗਿਆਈ ਉਹਨਾਂ ਦੇ ਅੱਗੇ ਕਰੇ, ਕੋਈ ਜੈਨੂਇਨਲੀ ਉਸਦੇ ਬਾਰੇ ਕੋਈ ਪੋਜ਼ਿਟਿਵ ਚੀਜ਼ ਕਹਿਣੀ ਚਾਹੀਦੀ ਤਾਂ ਕਿ ਉਹਦੀ ਜਿਹੜੀ ਨੈਗੇਟਿਵ, ਜਿਹੜੀ ਉਹਦੀ ਨਿੰਦਾ ਜਾਂ ਬੁਰਾਈ ਕਰ ਰਹੇ ਹੈ ਉਹਦੇ ਤੇ ਪੋਜ਼ਿਟਿਵਿਟੀ ਹਾਵੀ ਹੋਵੇ। ਬਿਲਕੁਲ ਬਿਲਕੁਲ ਦੀਦੀ, ਇੱਕ ਤਾਂ ਤੁਸੀਂ ਦੱਸਿਆ ਕਿ ਅਸੰਪਸ਼ਨਸ ਨਹੀਂ ਹੋਣੀ ਚਾਹੀਦੀਆਂ, ਦੂਸਰਾ ਤੁਸੀਂ ਕਿਹਾ ਕਿ ਹਾਂ ਕਿਸੇ ਪਾਰਟੀ 'ਚ ਗਏ ਹਾਂ ਕੁਛ ਹੈ ਅਤੇ ਗਰੁੱਪ ਨਾਲ ਬੈਠੇ ਹਾਂ ਜਿਹੜੇ ਨਿੰਦਾ ਕਰ ਰਹੇ ਹੈ, ਚਲੋ ਮੈਂ ਕਹਿੰਦੀ ਹਾਂ ਉਹ ਪਾਰਟੀ ਬਾਰੇ ਮੇਰੇ ਫਰੈਂਡ ਸਾਰਾ ਸਰਕਲ ਬੈਠਿਆ, ਅਤੇ ਤੁਸੀਂ ਕਿਹਾ ਕਿ ਕੋਈ ਕੋਸ਼ਿਸ਼ ਕਰੋ ਕਿ ਉਹਨਾਂ ਬਾਰੇ ਕੁਛ ਅੱਛਾ ਵੀ ਕਹੋ ਤਾਂ ਕਿ ਉਹ ਜਿਹੜਾ ਉਹਨਾਂ ਦਾ ਮਾਇੰਡ ਹੈ ਉਹ ਡਾਈਵਰਟ ਹੋਣ ਦੀ ਕੋਸ਼ਿਸ਼ ਹੋਏ ਕਿ ਇੰਨੀ ਬੁਰਾਈਆਂ 'ਚ ਕੁਛ ਅੱਛਾ ਵੀ ਦੇਖ ਰਹੇ ਹੈ, ਇਹ ਤਾਂ ਮੈਂ ਜ਼ਰੂਰ ਟਰਾਈ ਕਰਾਂਗੀ ਆਪਣੇ ਸਰਕਲ 'ਚ। ਅਤੇ ਇੱਕ ਦੂਸਰੀ ਤੀਸਰੀ ਚੀਜ਼ ਜਿਹੜੀ ਤੁਸੀਂ ਕਹੀ ਹੈ ਕਿ ਇਹ ਪਾਪ ਹੋ ਸਕਦਾ ਹੈ, ਨਿੰਦਾ ਪਾਪ, ਮਤਲਬ ਅਸੀਂ ਕਦੀ ਸੋਚਿਆ ਵੀ ਨਹੀਂ ਸੀਗਾ ਕਿ ਦੂਸਰੇ ਨੂੰ ਦੁੱਖ ਹੋਏਗਾ ਨਾ, ਦੁੱਖ ਦੇਣਾ ਤਾਂ ਪਾਪ ਹੀ ਹੈ। ਹਾਂਜੀ ਉਹ ਤਾਂ ਹੈ, ਬਟ ਵੈਸੇ ਜਨਰਲੀ ਵੀ ਅਸੀਂ ਬੈਠੇ ਬੈਠੇ ਆਪਸ 'ਚ ਕਹਿ ਹੀ ਦਿੰਦੇ ਹਾਂ ਕਿ ਹਾਂ ਉਹਨੇ ਇਸ ਤਰ੍ਹਾਂ ਕੀਤਾ, ਉਹ ਇੱਕ ਮਜ਼ਾਕ ਮਜ਼ਾਕ ਦੀ ਗੱਲ ਹੁੰਦੀ ਹੈ, ਲੇਕਿਨ ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਇਹ ਪਾਪ ਵੀ ਹੋ ਸਕਦਾ ਹੈ। ਮਤਲਬ ਇਸ ਲੈਵਲ ਤੱਕ ਹੈ ਕਿ ਅਸੀਂ ਕਿਸੇ ਨੂੰ ਦੁੱਖ ਦੇ ਰਹੇ ਹਾਂ ਅਤੇ ਉਹ ਪਾਪ ਦਾ ਭੋਗ ਸਾਨੂੰ ਮਿਲ ਰਿਹਾ ਉਹਦਾ, ਜ਼ਰੂਰ। ਅਤੇ ਮਤਲਬ ਸਾਨੂੰ ਕੰਟਰੋਲ ਹੋਣਾ ਚਾਹੀਦਾ ਇਸ ਚੀਜ਼ ਦੇ ਉੱਪਰ ਕਿ ਸਾਨੂੰ ਪਾਪ ਨਹੀਂ ਕਰਨਾ ਹੈ ਨਿੰਦਾ ਕਰਕੇ ਕਿਸੇ ਦੀ ਵੀ। ਬਿਲਕੁਲ, ਕਿਉਂਕਿ ਦੇਖੋ ਪਾਪ ਸਿਰਫ ਇੰਨਾ ਹੀ ਨਹੀਂ ਹੁੰਦਾ ਕਿ ਤੁਸੀਂ ਕਿਸੇ ਦਾ ਗਲਾ ਵੱਢ ਤਾ ਜਾਂ ਕਿਸੇ ਦਾ ਪੈਸਾ ਚੁਰਾ ਲਿਆ, ਹਾਂਜੀ, ਤੇ ਇਹ ਵੀ ਤੇ ਤੁਸੀਂ ਕਿਸੇ ਦੀ ਖੁਸ਼ੀ ਦਾ ਗਲਾ ਵੱਢ ਰਹੇ ਹੋ ਨਾ। ਮੈਂ ਤਾਂ ਕਦੀ ਸੋਚ, ਹਾਂ ਮਤਲਬ ਉਹ ਤਾਂ ਮਨ ਤੇ ਚਾਹੁੰਦਾ ਹੀ ਨਹੀਂ ਨਾ ਕਦੀ ਕਿ ਅਸੀਂ ਕਿਸੇ ਦੀ ਬੁਰਾਈ ਕਰ ਰਹੇ ਹਾਂ, ਇਹ ਲੱਗਦਾ ਹੈ ਕਿ ਅਸੀਂ ਸੱਚ ਬੋਲ ਰਹੇ ਹਾਂ। ਹਾਂਜੀ, ਤੇ ਜੇ ਸਾਡੇ ਬਾਰੇ ਕਿਸੇ ਨੇ ਸੱਚ ਬੋਲਣਾ ਸ਼ੁਰੂ ਕਰਤਾ ਫਿਰ ਬਹੁਤ ਤਰ੍ਹਾਂ ਦੀ ਬੁਰਾਈਆਂ ਸਾਡੇ ਵੀ ਅੰਦਰ ਹੈਗੀਆਂ, ਜੇ ਸਾਰੇ ਉਹ ਸੱਚ ਬੋਲਣ ਲੱਗ ਜਾਣ ਤਾਂ ਸਾਨੂੰ ਕਿੰਨਾ ਕਸ਼ਟ ਹੋਏਗਾ। ਬਿਲਕੁਲ, ਉਹ ਤਾਂ ਹੈ, ਇਸ ਚੀਜ਼ ਦਾ ਤਾਂ ਬਿਲਕੁਲ ਧਿਆਨ ਰੱਖਣਾ ਚਾਹੀਦਾ ਸਾਰਿਆਂ ਨੂੰ ਕਿ ਹੁਣ ਤਾਂ ਅੱਜ ਪਹਿਲੀ ਵਾਰੀ ਪਤਾ ਚੱਲਿਆ ਕਿ ਨਿੰਦਾ ਕਰਨਾ ਵੀ ਪਾਪ ਹੁੰਦਾ। ਸਿਰਫ ਨਿੰਦਾ ਇਕੱਲੀ ਨਹੀਂ, ਆਪਾਂ ਪਹਿਲੇ ਵੀ ਗੱਲ ਕੀਤੀ ਸੀ, ਉਹਦੇ ਪਿੱਛੇ ਕਈ ਬੁਰਾਈਆਂ ਕੰਮ ਕਰ ਰਹੀਆਂ। ਜਿਹਦੀ ਆਪਾਂ ਨਿੰਦਾ ਕਰਦੇ ਰਹਾਂਗੇ ਤਾਂ ਸੋਚੋ ਉਹਦੇ ਲਈ ਅੰਦਰ ਨਫ਼ਰਤ ਨਹੀਂ ਆ ਜਾਏਗੀ, ਹੌਲੀ ਹੌਲੀ ਉਹਦੀ ਇਮੇਜ ਅਸੀਂ ਡਾਊਨ ਕਰ ਰਹੇ ਹਾਂ, ਹੌਲੀ ਹੌਲੀ ਉਹਦਾ ਸੋਸਾਇਟੀ ਸਟੇਟਸ ਅਸੀਂ ਘੱਟ ਕਰ ਰਹੇ ਹਾਂ, ਅਤੇ ਕੁੱਲ ਮਿਲਾ ਕੇ ਇੱਕ ਅਜੀਬ ਤਰ੍ਹਾਂ ਦੀ ਰਾਜਨੀਤੀ ਨਹੀਂ ਹੋ ਗਈ ਕਿ ਉਹਨੂੰ ਨੀਵਾਂ ਕਰਕੇ ਅਸੀਂ ਉੱਪਰ ਜਾ ਰਹੇ ਹਾਂ, ਕਿ ਅਜੀਬ ਤਰੀਕੇ ਦਾ ਸਵਾਰਥ ਨਜ਼ਰ ਆਉਂਦਾ ਇਹਦੇ ਵਿੱਚ, ਕੀ ਪਰਮਾਰਥ ਹੈ। ਦੇਖੋ ਘਰ ਵਿੱਚ ਦੋ ਸਕੇ ਭਾਈ ਭੈਣ ਵੀ, ਹਾਂਜੀ, ਜੇ ਇੱਕ ਭਾਈ ਦੂਜੀ ਭੈਣ ਨੂੰ ਕਵੇ ਤੂੰ ਇੱਥੇ ਠੀਕ ਨਹੀਂ, ਤੂੰ ਇੱਥੇ ਠੀਕ ਨਹੀਂ, ਆਮਣੇ ਸਾਹਮਣੇ ਵੀ ਜੇ ਇੱਕ ਦੂਜੇ ਦੀ ਬੁਰਾਈ ਕੀਤੀ ਜਾਵੇ ਤਾਂ ਤਕਲੀਫ ਹੋ ਜਾਂਦੀ ਹੈ, ਹੋ ਜਾਂਦੀ ਹੈ। ਅਤੇ ਕਿਸੇ ਦੂਜੇ ਦੇ ਸਾਹਮਣੇ ਕੀਤੀ ਜਾਵੇ ਤਾਂ ਕਿੰਨੀ ਜ਼ਿਆਦਾ ਤਕਲੀਫ ਪੈਦਾ ਕਰੇਗੀ। ਸਗਿਆਂ ਵਿੱਚ ਵੀ ਇਹ ਟੋਲਰੇਟ ਕਰਨਾ ਔਖਾ ਹੈ, ਅਤੇ ਫਰੈਂਡ ਸਰਕਲ ਵਿੱਚ ਕਿਤੇ ਹੋਰ, ਅਤੇ ਅੰਦਰ ਇੱਕ ਆਪਾਂ ਨੂੰ ਵਰਤ ਧਾਰਨ ਕਰਨਾ ਚਾਹੀਦਾ। ਜਿੰਨੇ ਸਾਡੇ ਸਾਰੇ ਦਰਸ਼ਕ ਦੇਖ ਰਹੇ ਨੇ, ਮੈਂ ਉਹਨਾਂ ਨੂੰ ਇਹ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਜੇ ਤੁਸੀਂ ਆਪਣੀ ਸੋਸਾਇਟੀ ਨੂੰ ਸੁਖਮੈ ਬਣਾਉਣਾ ਚਾਹੁੰਦੇ ਜੀ, ਜੇ ਤੁਸੀਂ ਆਪਣੇ ਵੱਲ ਖੁਸ਼ੀਆਂ ਲੈਣਾ ਚਾਹੁੰਦੇ ਜੀ, ਤਾਂ ਇੱਕ ਕੰਮ ਕਰੋ, ਤੁਸੀਂ ਇੱਕ ਮਹੀਨੇ ਵਾਸਤੇ ਕਿਸੇ ਦੀ ਵੀ ਬੁਰਾਈ ਕਰਨਾ, ਨਿੰਦਾ ਕਰਨਾ ਤੇ ਬਿਲਕੁਲ ਬੰਦ ਕਰ ਦਿਓ। ਇੰਨਾ ਸੌਖਾ ਹੈ ਕਰਨਾ? ਔਖਾ ਵੀ ਨਹੀਂ ਹੈ, ਜੇ ਕਰਨ ਲੱਗੋਗੇ ਤੇ ਬਹੁਤ ਸੌਖਾ ਹੈ, ਕਿਉਂਕਿ ਥੋੜੇ ਟਾਈਮ ਬਾਅਦ ਇਹਦੇ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਂਦੇ। ਤਾਂ ਆਦਤ ਹੀ ਪੈ ਜਾਂਦੀ ਹੈ ਨਿੰਦਾ ਕਰਨ ਦੀ, ਜੇ ਆਦਤ ਇਹ ਪਈ ਹੈ ਨਾ ਨਿੰਦਾ ਕਰਨ ਦੀ, ਤੇ ਉਸ ਆਦਤ ਨੂੰ ਰਿਪਲੇਸਮੈਂਟ ਦੇ ਦਿਓ। ਤੁਸੀਂ ਚੁਣ ਚੁਣ ਕੇ ਉਹਨਾਂ ਦੀਆਂ ਚੰਗੀਆਂ ਗੱਲਾਂ ਬੋਲਣੀਆਂ। ਜੇ ਤੁਸੀਂ ਇੱਕ ਮਹੀਨਾ ਇੱਦਾਂ ਕਰੋਗੇ ਤਾਂ ਚਾਰੋਂ ਪਾਸੇ ਤੁਹਾਡਾ ਵਾਤਾਵਰਣ ਬਦਲਣਾ ਨਾ ਸ਼ੁਰੂ ਹੋ ਜਾਏ ਤਾਂ ਤੁਸੀਂ ਸਾਨੂੰ ਪੁੱਛਣਾ, ਪਰ ਇੱਕ ਮਹੀਨੇ ਤੱਕ ਕਰਕੇ ਦੇਖੋ ਪਹਿਲਾਂ। ਇਹਦੇ ਨਾਲ ਸਾਡਾ ਇਨਵਾਇਰਮੈਂਟ, ਮਤਲਬ ਵਾਤਾਵਰਣ ਵੀ ਬਦਲ ਜਾਏਗਾ, ਪੂਰਾ ਦਾ ਪੂਰਾ ਵਾਤਾਵਰਣ ਬਦਲ ਸਕਦਾ। ਅਸੀਂ ਸਮਝਦੇ ਹਾਂ ਲੋਕੀ ਖਰਾਬ ਹੈ, ਲੋਕੀ ਨਹੀਂ ਖਰਾਬ, ਲੋਕਾਂ ਬਾਰੇ ਸਾਡੀ ਸੋਚ ਖਰਾਬ ਹੈ। ਜੇ ਲੋਕਾਂ ਬਾਰੇ ਸਾਡੀ ਸੋਚ ਖਰਾਬ ਹੈ ਤਾਂ ਜਿਸ ਤਰ੍ਹਾਂ ਦਾ ਚਸ਼ਮਾ ਪਾ ਲਓ ਉਸੇ ਤਰ੍ਹਾਂ ਦਾ ਨਜ਼ਰ ਆਉਂਦਾ। ਕਾਲਾ ਚਸ਼ਮਾ ਸਾਰਾ ਕੁਝ ਕਾਲਾ ਕਰ ਦੇਗਾ, ਹਰਾ ਚਸ਼ਮਾ ਸਾਰਾ ਕੁਝ ਹਰਾ ਕਰ ਦੇਗਾ। ਜੇ ਮੈਂ ਨਿੰਦਾ ਦੇ ਮੂਡ ਵਿੱਚ ਹੈਗੀ ਹਾਂ, ਇੱਦਾਂ ਕਰਦਾ ਉੱਦਾਂ ਕਰਦਾ, ਤਾਂ ਮੇਰੇ ਦਿਲ ਵਿੱਚ ਇੱਕ ਘੁੱਟਣ ਪੈਦਾ ਹੋਣੀ ਸ਼ੁਰੂ ਹੋ ਜਾਣੀ ਹੈ। ਮੇਰੇ ਅੰਦਰ ਹਰ ਇੱਕ ਦੀਆਂ ਬੁਰਾਈਆਂ ਇੱਥੇ ਚਮਕ ਰਹੀਆਂ, ਮੇਰਾ ਬਿਹੇਵੀਅਰ ਵੀ ਉਹਦੇ ਨਾਲ ਇੱਦਾਂ ਦਾ ਹੋ ਜਾਏਗਾ। ਕਿਸੇ ਤੋਂ ਡਰਾਂਗੀ, ਕਿਸੇ ਨੂੰ ਡਰਾਵਾਂਗੀ, ਕਿਉਂਕਿ ਉਹਦੀ ਬੁਰਾਈਆਂ ਕੰਮ ਕਰ ਰਹੀਆਂ ਨਾ। ਇਹਦੇ ਬਦਲੇ ਜੇ ਮੈਂ ਮੂੰਹੋਂ ਬੋਲਣੀ ਚੰਗਿਆਈ ਹੈ, ਬਿਲਕੁਲ, ਅਤੇ ਅੰਦਰੋਂ ਹੀ ਵਾਤਾਵਰਣ ਬਦਲ ਕੇ ਉਹਨਾਂ ਦੀ ਚੰਗਿਆਈਆਂ ਹਾਈਲਾਈਟ ਹੋ ਕੇ ਮੇਰੇ ਬਿਹੇਵੀਅਰ ਨੂੰ ਇਫੈਕਟ ਕਰਨਗੀਆਂ। ਮੇਰਾ ਬਿਹੇਵੀਅਰ ਜੇ ਚੇਂਜ ਹੋ ਗਿਆ ਤਾਂ ਸਾਹਮਣੇ ਵਾਲੇ ਦੇ ਰਿਸਪੋਂਸ ਵੀ ਚੇਂਜ ਹੁੰਦੇ ਆ। ਬਿਲਕੁਲ,
ਨਹੀਂ ਦੀਦੀ ਤੁਸੀਂ ਇਹ ਤਾਂ ਬੜੀ ਛੋਟੀ ਚੀਜ਼ ਹੈਗੀ ਹੈ, ਲੇਕਿਨ ਮੈਨੂੰ ਲੱਗਦਾ ਇਹਦੇ ਰਿਜ਼ਲਟ ਬਹੁਤ ਵੱਡੇ ਹੋਣਗੇ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 1 ਮਹੀਨੇ ਵਾਸਤੇ ਜੇ ਅਸੀਂ ਸਾਰੇ ਟਰਾਈ ਕਰੀਏ ਆਪਣੇ ਲੈਵਲ 'ਤੇ ਹੀ, ਕਿ ਕਿਸੇ ਦੀ ਵੀ ਨਿੰਦਾ ਨਹੀਂ ਕਰਨੀ, ਕਿਸੇ ਬਾਰੇ ਕਦੀ ਬੁਰਾ ਨਹੀਂ ਬੋਲਣਾ, ਮੈਂ ਤਾਂ ਅੱਜ ਤੋਂ ਇਹ ਜ਼ਰੂਰ ਕਰਨਾ, ਅਤੇ ਮੈਂ ਕੋਸ਼ਿਸ਼ ਵੀ ਕਰਨੀ ਹੈ ਕਿ ਮੈਂ ਆਪਣੇ ਫਰੈਂਡ ਸਰਕਲ ਵਿੱਚ ਵੀ ਇਹ ਸਪਰੈਡ ਕਰਾਂ ਕਿ ਕਿਸੇ ਦੀ ਵੀ ਨਿੰਦਾ ਅਸੀਂ ਨਾ ਕਰੀਏ। ਇਹ ਕੋਸ਼ਿਸ਼ ਅਸੀਂ ਜ਼ਰੂਰ ਕਰਾਂਗੇ। ਤੁਸੀਂ ਆਪਣਾ ਕੀਮਤੀ ਟਾਈਮ ਕੱਢਿਆ, ਸਾਡੇ ਸ਼ੋਅ ਵਿੱਚ ਆਏ, ਸਾਨੂੰ ਇੰਨਾ ਕੁਝ ਸਿਖਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ ਦੀਦੀ। ਓਮ ਸ਼ਾਂਤੀ। ਓਮ ਸ਼ਾਂਤੀ। ਦੋਸਤੋ, ਅਸੀਂ ਸਾਰਿਆਂ ਨੂੰ ਇਹ ਜ਼ਰੂਰ ਟਰਾਈ ਕਰਨਾ ਚਾਹੀਦਾ ਹੈ, ਕਿਉਂ ਅਸੀਂ ਕਿਸੇ ਦੀ ਨਿੰਦਾ ਕਰਦੇ ਹਾਂ, ਉਹਦੇ ਸਰਕਮਸਟਾਂਸਿਸ ਨੂੰ ਵੀ ਅੰਡਰਸਟੈਂਡ ਕਰੀਏ ਕਿ ਉਹਨੇ ਜੇ ਉਹਦੇ ਕੁਲ ਕੁਝ ਗਲਤ ਹੋਇਆ, ਕਿਸੇ ਕਾਰਨ ਹੋਇਆ ਹੋਏਗਾ, ਉਹਦੀ ਰਿਸਪੈਕਟ ਕਰੀਏ, ਉਹਨੂੰ ਪੋਜ਼ਿਟਿਵ ਥੋਟਸ ਭੇਜੀਏ। ਅਤੇ ਜਿਸ ਤਰ੍ਹਾਂ ਦੀਦੀ ਨੇ ਅੱਜ ਦੱਸਿਆ ਕਿ ਜਦ ਵੀ ਅਸੀਂ ਪਾਰਟੀ ਵਿੱਚ ਰਹਿੰਦੇ ਹਾਂ, ਬੈਠਦੇ ਹਾਂ, ਕੋਈ ਗਰੁੱਪ ਵਿੱਚ ਜੇ ਕੋਈ ਗਲਤ ਕਹਿ ਰਿਹਾ ਕਿਸੇ ਬਾਰੇ, ਨਿੰਦਾ ਕਰ ਰਿਹਾ, ਕੋਸ਼ਿਸ਼ ਕਰਕੇ ਉਹਦੇ ਬਾਰੇ ਕੁਝ ਅੱਛਾ ਬੋਲੀਏ। ਅਸੀਂ ਆਪਣੇ 'ਚ ਇੱਕ ਚੇਂਜ ਲਿਆਵਾਂਗੇ, ਅਸੀਂ ਪੂਰੀ ਸੁਸਾਇਟੀ, ਪੂਰੇ ਸਮਾਜ ਵਿੱਚ ਇਹ ਚੇਂਜ ਲਿਆ ਸਕਦੇ ਹਾਂ। ਨਿੰਦਾ ਕਰਨਾ ਬਹੁਤ ਵੱਡਾ ਪਾਪ ਹੈ, ਅੱਜ ਤੋਂ ਹੀ ਛੱਡਣ ਦਾ ਕੋਸ਼ਿਸ਼ ਕਰਦੇ ਹਾਂ। ਫਿਰ ਮਿਲਾਂਗੇ ਅਗਲੀ ਕੜੀ ਵਿੱਚ, ਤਦ ਤੱਕ ਵਾਸਤੇ ਧੰਨਵਾਦ। ਓਮ ਸ਼ਾਂਤੀ। ਆਪਣੇ ਸੁਝਾਅ ਦੇਣ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਗੋਲਡੀਵੁੱਡ ਸਟੂਡੀਓ, ਸ਼ਾਂਤੀਵਨ, ਮੋਬਾਈਲ ਨੰਬਰ 8094994387, ਈਮੇਲ punjabi.gws@gmail.com।